की की लोग मानते हैं कि एज वदर ਨਾਲ ਨੌਲੇਜ ਵੱਧਦੀ ਹੈ ਅਤੇ ਕਈਆਂ ਦਾ ਮੰਨਣਾ ਹੈ ਕਿ ਮਾਇੂਸੀ ਵੱਧਦੀ ਹੈ 올ਡ ਏਜ ਜਿਉਣ ਦਾ ਅਸਲੀ ਤਰੀਕਾ ਕੀ ਹੈ ਇਸ ਬਾਰੇ ਪ੍ਰੋਫੈਸਰ ਕਸ਼ਮੀਰਾ ਸਿੰਘ ਨੇ ਹਰਜਿੰਦਰ ਥਿੰਦ ਨਾਲ ਗੱਲਬਾਤ ਕੀਤੀ ਸਰ ਜੀ ਹਨ ਉਪਰਕਲਮ ਥੈਂਕ ਯੂ ਸੈਂ ਸਰ ਉਮਰ ਵੱਡੀ ਹੋਣ ਨਾਲ ਕੀ ਕੀ ਤਬਦੀਲੀਆਂ ਆਉਂਦੀਆਂ ਕਈ ਲੋਕ ਤਾਂ ਇਹ ਕਹਿਣ ਲੱਗ ਪਏ ਜੀ ਬੁੱਢੇ ਹੋ ਕੇ ਜ਼ਿੰਦਗੀ ਬੇਰਸਈ ਹੋ ਜਾਂਦੀ ਹੈ ਕਈ ਇਹ ਵੀ ਕਹਿੰਦੇ ਤੇ ਜੀਵਨ ਜਾਚ ਹੀ ਹੋਣ ਆਈ ਆ ਜ਼ਿੰਦਗੀ ਜਿਉਣ ਦਾ ਮਜ਼ਾ ਹੀ ਹੋਣਾ ਔਣ ਲੱਗੇ ਜੇ ਹਣ ਤੁਸੀਂ ਪੁਰਾਣੇ ਆਪਣੇ ਆਸ਼ਰਮਾਂ ਤੇ ਜਾਈਏ ਜਿਹੜੇ ਆਪਣੇ ਗ੍ਰੰਥਾਂ ਦੇ ਵਿੱਚ ਲਿਖਿਆ ਉਹਦੇ ਵਿੱਚ ਲਾਈਫ ਨੂੰ ਨਹੀਂ ਕਿਉਂ ਆਸ਼ਰਮਾਂ ਚ ਵੰਡਿਆ ਪਹਿਲਾ ਆਸ਼ਰਮ ਉਹ ਨਹੀਂ 25 ਸਾਲ ਤੱਕ ਰੱਖਿਆ ਜਿਹਨੂੰ ਕਹਿੰਦੇ ਆ ਬ੍ਰਹਮਚਾਰੀ ਆਸ਼ਰਮ ਫਿਰ 50 ਤੋਂ 25 ਤੋਂ 50 ਤੱਕ ਗਿਆ ਉਹ ਹੈਗਾ ਗ੍ਰਹਿਸਤਾ ਆਸ਼ਰਮ ਉਹਦੇ ਵਿੱਚ ਤੁਸੀਂ ਪਰਿਵਾਰ ਵੀ ਆਪਣਾ ਕਰੋ ਖੇਤੀਬਾੜੀ ਕਰੋ ਜੋ ਵੀ ਹੈਗਾ ਹੁਣ ਇਹ ਆਸ਼ਰਮ ਜਿਹੜਾ 50 25 ਤੋਂ 50 ਹੈ ਗ੍ਰਹਿਸਤਾ ਆਸ਼ਰਮ ਜਿਹੜਾ ਹੈਗਾ ਇਹਦੀ ਸਿਰ ਤੇ ਹੀ ਸਾਰੇ ਆਸ਼ਰਮ ਚੱਲਦੇ ਆ ਪਜਾ ਤੋਂ 75 ਤੱਕ ਉਹਨੇ ਕਿ ਬਾਣ ਪ੍ਰਸਤ ਇਹਦੇ ਵਿੱਚ ਤੁਸੀਂ ਰਟਾਇਰ ਹੋ ਜਾਓ ਪ੍ਰੈਣਾ ਕਰਦੇ ਵਿੱਚ ਆ ਪਰ ਬਹੁਤ ਆ ਦਖਲੀ ਨਾ ਕਿਸੇ ਗੱਲ ਦੇ ਵਿੱਚ ਉੱਥੇ ਤੁਸੀਂ ਹੈਗੇ ਆ ਤੇ ਆਖਰੀ ਹੈਗਾ ਸੁਨਿਆਸ ਆ ਸੁਨਿਆਸ ਆਸ਼੍ਰਮ ਫਿਰ ਜਿੰਨੇ ਕੁ ਰਹਿ ਜਾਂਦੇ ਆ ਉਹਨਾਂ ਦਾ ਕੰਮ ਹੈਗਾ ਜਾਂ ਕਿ ਜਾਂ ਤਾਂ ਬਿਲਕੁਲ ਹੀ ਪੂਜਾ ਪਾਠ ਦੇ ਵਿੱਚ ਚਲੇ ਜਾਣਾ ਜਾਂ ਜਿਹੜੇ 25 ਸਾਲ ਵਾਲੇ ਉਹਨਾਂ ਨੂੰ ਵਿੱਦਿਆ ਬਖੈਰਾ ਦੇਣੀ ਜਾਂ ਕਿ ਕਿਸੇ ਮੰਦਿਰਾਂ ਦੇ ਵਿੱਚ ਆਪਾਂ ਇਹ ਡਿਟਰਮਨ ਨਹੀਂ ਕਰ ਸਕਦੇ ਕਿ ਆਦਮੀ ਬੁੱਢਾ ਕਦੋਂ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਮਰ ਦੇ ਨਾਲ ਸਰੀਰਕ ਸ਼ਕਤੀ ਘਟਦੀ ਹੈ ਉਮਰ ਦੇ ਨਾਲ ਯਾਦਦਾਸ਼ਤ ਦੇ ਉੱਤੇ ਫਰਕ ਪੈਂਦਾ ਥੋੜਾ ਜਿਹਾ ਇਹ ਲੂਜ਼ਿੰਗ ਕੰਟਰੋਲ ਆ ਕਿ ਕੰਟਰੋਲ ਨਾ ਲੂਜ਼ ਕਰ ਜਾਵਾ ਬੁੱਢਾ ਨਹੀਂ ਕੋਈ ਹੋਣਾ ਚਾਹੁੰਦਾ 올ਡ ਏਜ ਇਜ਼ ਅ ਪ੍ਰਿਵਿਲੇਜ ਡਿਨਾਈਡ ਟੂ ਮੈਨੀ ਇੱਕ ਹੋ ਜੀ ਬਰਦਾਨ ਆ ਜਿਹੜਾ ਬਹੁਤੇ ਬੰਦਿਆਂ ਨੂੰ ਮਿਲਦਾ ਹੀ ਨਹੀਂ 올ਡ ਏਜ ਦੇ ਵਿੱਚ ਜਿੱਥੇ ਆਪਾਂ ਇਹ ਸਮਝਦੇ ਆਂ ਵੀ ਕੰਮ ਤੋਂ ਰਿਟਾਇਰਮੈਂਟ ਆ ਨਾ ਜੀ ਉੱਥੋਂ ਜਿਹੜੇ ਹੈਗੇ ਆ ਆਪਣੇ ਘਰ ਦੀ ਸਥਿਤੀ ਦੇਖ ਕੇ ਆਪਣੇ ਘਰ ਦੇ ਮਸਲਿਆਂ ਤੋਂ ਵੀ ਥੋੜਾ ਜਿਹਾ ਪਿੱਛੇ ਹਟ ਜਾਣਾ ਚਾਹੀਦਾ ਕੱਲੀ ਜੌਬ ਤੋਂ ਹੀ ਰਿਟਾਇਰਮੈਂਟ ਨਹੀਂ ਹੈ ਜਿਹੜੀਆਂ ਦੂਜੀਆਂ ਆ ਉਹਨਾਂ ਦੇ ਵਿੱਚ ਵੀ ਦਖਲ ਘਟਾ ਦਿੱਤਾ ਜਾਵੇ ਆਪਾਂ ਕੰਟਰੋਲ ਵਧਾਉਣ ਦੀ ਕੋਸ਼ਿਸ਼ ਨਾ ਕਰਨਾ ਕੋ ਬਿਲਕੁਲ ਨਾ ਕੀਤੀ ਜਾਵੇ ਔਰ ਇੱਕ ਜਿਹੜੀ ਹੈਗੀ ਆ ਸਖਤ ਸਵਾਲ ਇਹ ਬੰਦਿਆਂ ਦੀ 올ਡ ਏਜ ਖਰਾਬ ਜਿਆਦਾ ਹਾਂ ਦੀ ਸਖਤ ਸਵਾਲ ਆ ਨਾ ਤਾਂ ਕੀਤੇ ਹੁੰਦੇ ਆ ਉਹ ਵੀ ਤੁਹਾਨੂੰ ਤੰਗ ਕਰਦੇ ਆ ਫਿਰ ਤੁਸੀਂ ਔਖੇ ਬਹੁਤ ਹੁੰਦੇ ਆ ਕਿਉਂਕਿ ਤੁਹਾਤੋਂ ਕਰ ਕੁਝ ਨਹੀਂ ਹੁੰਦਾ ਤੁਸੀਂ ਹਿੱਟ ਬੈਕ ਨਹੀਂ ਕਰ ਸਕਦੇ ਫਿਰ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਇੰਡੀਪੈਂਡੈਂਟ ਰੱਖੋ ਤੁਹਾਡੇ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਹੈਗੀਆਂ ਉਹਨਾਂ ਨੂੰ ਜਿੱਦਾਂ ਤੁਹਾਡੇ ਬੱਚੇ ਪਾਲਦੇ ਆ ਉਹਨਾਂ ਨੂੰ ਉਦਾਂ ਹੀ ਪਾਲਣ ਦਿਓ ਉਹਦੇ ਵਿੱਚ ਇੰਟਰਫੀਅਰ ਨਾ ਕਰੋ 올ਡ ਵੇਜ ਦੇ ਵਿੱਚ ਨਰਮ ਸੁਭਾਅ ਰੱਖੂਗੇ ਤਾਂ ਠੀਕ ਰਹਿੂਗੇ ਸਖਤ ਸੁਭਾਅ ਰੱਖੂਗੇ ਤਾਂ ਜਾ ਕੇ ਆਪ ਵੀ ਦੁਖੀ ਹੋਵੋਗੇ ਬਾਕੀਆਂ ਨੂੰ ਵੀ ਦੁਖੀ ਕਰੋਗੇ ਔਰ ਆਪਣੇ ਆਪ ਨੂੰ ਜਿਹੜਾ ਹੈਗਾ ਥੋੜਾ ਬਹੁਤ ਜਿੰਨਾ ਵੀ ਹੋ ਸਕਦਾ ਫਿਜ਼ੀਕਲੀ ਜਿਹੜਾ ਹੈਗਾ ਐਕਟਿਵ ਰੱਖਣ ਦੀ ਲੋੜ ਹੈਗੀ ਪੂਰਾ ਸੈਗਮੈਂਟ ਸੁਣਨ ਲਈ ਪੋਸਟ ਨਾਲ ਦਿੱਤੇ ਲਿੰਕ ਤੇ ਕਲਿੱਕ ਕਰੋ red fm